ਇਹ ਚੂਨਾ ਮੰਡੀ ਲਾਹੌਰ ਵਿੱਚ ਸਥਿਤ ਗੁਰਦੁਆਰਾ ਜਨਮ ਸਥਾਨ ਸ਼੍ਰੀ ਗੁਰੂ ਰਾਮਦਾਸ, ਜਿੱਥੇ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਦਾ ਪ੍ਰਕਾਸ਼ ਹੋਇਆ ਸੀ। ਹੁਣ ਇਸ ਗੁਰਦੁਆਰੇ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਾਕਿਸਤਾਨ ਸਰਕਾਰ ਵੱਲੋਂ ਸੈਲਾਨੀਆਂ ਲਈ ਟੂਰ ਸ਼ੁਰੂ ਕੀਤੇ ਗਏ ਨੇ। ਇਹਨਾਂ ਟੂਰਸ ਵਿੱਚ ਲਾਹੌਰ ਵਿੱਚ ਸਥਿਤ ਧਰਮ ਅਤੇ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਦਿਖਾਈਆਂ ਜਾਂਦੀਆਂ ਨੇ। ਲਾਹੌਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਵੀ ਹੈ, ਜੋ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਸੰਬੰਧ ਰੱਖਦਾ ਹੈ। ਇਹ ਟੂਰ ਮੂਲ ਤੌਰ 'ਤੇ ਬਾਹਰੋਂ ਆਏ ਸੈਲਾਨੀਆਂ ਲਈ ਸ਼ੁਰੂ ਕੀਤੇ ਗਏ ਨੇ। ਇਸ ਉਪਰਾਲੇ ਜ਼ਰੀਏ ਪਾਕਿਸਤਾਨ ਸਰਕਾਰ ਦੀ ਕੋਸ਼ਿਸ਼ ਧਾਰਮਿਕ ਟੂਰਿਜ਼ਮ ਨੂੰ ਵਧਾਉਣ ਦੀ ਹੈ। For the pilgrimage and the diaspora living across the world, the Sikh ਤੀਰਥ ਯਾਤਰੀਆਂ ਲਈ ਤੇ ਵਿਦੇਸ਼ੀਆਂ ਲਈ ਸਿੱਖਾਂ ਦੇ ਸਥਾਨਾਂ ਦੀ ਯਾਤਰਾ ਕਾਫੀ ਅਹਿਮ ਹੈ। ਉਹ ਆਪਣੇ ਗੁਰੂ ਦੇ ਸਥਾਨਾਂ ਨੂੰ ਵੇਖਣਾ ਚਾਹੁੰਦੇ ਹਨ। ਰਿਲੀਜੀਅਸ ਟੂਰਿਜ਼ਮ ਪਾਕਿਸਤਾਨ ਦੀ ਆਰਥਿਕਤਾ ਲਈ ਕਾਫੀ ਅਹਿਮ ਹੈ ਤੇ ਦੂਜਾ ਅਹਿਮ ਕਾਰਨ ਹੈ ਸਿੱਖਾਂ ਨੂੰ ਉਹਨਾਂ ਦੀ ਵਿਰਾਸਤ ਨਾਲ ਜੋੜਿਆ ਜਾਣਾ। ਸੈਲਾਨੀਆਂ ਨੂੰ ਵੀ ਇਹ ਉਪਰਾਲਾ ਕਾਫੀ ਪਸੰਦ ਆ ਰਿਹਾ ਹੈ। ਪਾਕਿਸਤਾਨ ਵਿੱਚ ਸਿੱਖਾਂ ਨੂੰ ਸਹੀ ਹਾਲਤ ਵਿੱਚ ਵੇਖ ਕੇ ਚੰਗਾ ਮਹਿਸੂਸ ਹੁੰਦਾ ਹੈ। ਮੁਸਲਮਾਨ ਵੀ ਹਿੱਸਾ ਲੈ ਰਹੇ ਹਨ, ਇਹ ਚੰਗਾ ਲੱਗ ਰਿਹਾ ਹੈ। We usually do see a lot of effort that ਅਸੀਂ ਪਾਕਿਸਤਾਨ ਵਿੱਚ ਇਸਲਾਮ ਦੇ ਪ੍ਰਚਾਰ ਨਾਲ ਜੁੜੀਆਂ ਕਈ ਗਤੀਵਿਧੀਆਂ ਦੇਖਦੇ ਹਾਂ। ਇਹ ਕਾਫੀ ਚੰਗਾ ਉਪਰਾਲਾ ਹੈ। ਮੈਨੂੰ ਉਮੀਦ ਹੈ ਕਿ ਇਸ ਨਾਲ ਧਾਰਮਿਕ ਅਸਹਿਣਸ਼ੀਲਤਾ ਘੱਟ ਹੋਵੇਗੀ ਤੇ ਸਾਰੇ ਧਰਮਾਂ ਤੇ ਸੱਭਿਆਚਾਰਾਂ ਤੇ ਚੰਗਾ ਅਸਰ ਪਏਗਾ।